ਦਾ ਕੀ ਥ੍ਰੈਸ਼ਹੋਲਡ ਆ ਕਿੰਨੇ ਦਿਨਾਂ ਬਾਅਦ ਕਿੰਨੇ ਵੀਕਾਂ ਬਾਅਦ ਮਹੀਨਿਆਂ ਬਾਅਦ ਵਾਲ ਕਟਵਾਉਣੇ ਚਾਹੀਦੇ ਆ? ਮੇਰਾ ਇੱਕ ਦੋਸਤ ਸੀਗਾ ਉਹ ਐਗਜੈਕਟ 3 ਵੀਕ ਬਾਅਦ ਵਾਲ ਕਟਵਾ ਕੇ ਆਉਂਦਾ ਸੀਗਾ, ਲੇਕਿਨ ਮੇਰਾ ਐਸਾ ਕੋਈ ਨਹੀਂ ਹੈਗਾ। ਮੈਂ ਤਾਂ ਉਦੋਂ ਵਾਲ ਕਟਵਾਉਂਦਾ ਜਦੋਂ ਮੈਨੂੰ ਲੋਕ ਕਹਿਣ ਲੱਗ ਪੈਂਦੇ ਨੇ ਕਿ ਯਾਰ ਵਾਲ ਕਟਵਾਲਾ ਭੈੜਾ ਲੱਗਣ ਲੱਗ ਪਿਆ। ਆ ਕੇ ਇੱਕ ਲਰਨਰ ਲੱਗ ਗਿਆ, ਹੁਣ ਕੋਈ ਬੰਦਾ ਲਰਨਰ ਜਿਹੜਾ ਗੱਡੀ ਚਲਾਉਣੀ ਸਿੱਖ ਰਿਹਾ ਆ, ਅਤੇ ਇੱਥੇ ਰੂਲ ਆ ਕਿ ਅਗਰ ਤੁਹਾਡੇ ਅੱਗੇ ਲਰਨਰ ਲੱਗ ਗਿਆ ਨਾ, ਯੂ ਨੀਡ ਟੂ ਫੋਲੋ ਹਿਮ, ਡੋਂਟ ਟ੍ਰਾਈ ਟੂ ਓਵਰਟੇਕ ਹਿਮ, ਫਿਰ ਉਹਦੇ ਨਾਲ ਉਹ ਕਨਫਿਊਜ਼ ਹੋ ਜਾਂਦਾ ਆ। ਲਿਹਾਜ਼ਾ ਜਿੱਦਾਂ ਉਹ ਚਲਾ ਰਿਹਾ ਉਹਦੇ ਪਿੱਛੇ ਉੱਦਾਂ ਹੀ ਚਲਾਉਣੀ ਪੈਂਦੀ ਹੈ। ਸੋ ਫਸਟ ਮਿਸ਼ਨ ਆਫ ਦ ਡੇ ਇਜ਼ ਹੇਅਰ ਕੱਟ। ਕੈਸਾ ਵਧੀਆ ਸੋਹਣਾ ਮੌਸਮ ਨਿਕਲਿਆ ਆ, ਦਿਨ ਚੜ੍ਹਿਆ ਅੱਜ। ਦਿਨ ਤਾਂ ਜਿੱਦਾਂ ਦਾ ਵੀ ਆ, ਮੈਂ ਕਿਉਂ ਕਹਿ ਰਿਹਾ ਕਿਉਂਕਿ ਇੱਦਾਂ ਪੋਜ਼ਿਟਿਵ ਗੱਲ ਕਰਨ ਦੇ ਨਾਲ ਨਾ ਪੋਜ਼ਿਟਿਵ ਐਨਰਜੀ ਆਉਂਦੀ ਆ, ਤੁਸੀਂ ਵੀ ਫੀਲ ਕਰਦੇ ਹੋ ਕਿ ਰੈਸਟ ਆਫ ਦਾ ਡੇ ਵੀ ਤੁਹਾਡਾ ਅੱਛਾ ਗੁਜ਼ਰੇਗਾ। ਜਿਹੜੇ ਵੀ ਇੰਸੀਡੈਂਟ ਵਾਕਿਆ ਤੁਹਾਡੇ ਦਿਨ ਦੇ ਵਿੱਚ ਹੋਣੇ ਨੇ ਉਹ ਅੱਛੇ ਹੋਣਗੇ, ਇਸ ਲਈ ਜਸ ਸੇ ਕਿ ਨਾ ਦਿਨ ਬੜਾ ਅੱਛਾ ਚੜ੍ਹਿਆ। ਹੁਣ ਤਾਂ ਦਰਅਸਲ ਇਹ ਹੈ ਨਾ ਕਿ ਗੋਰੇ ਸਵੇਰੇ ਉੱਠਣਗੇ ਅਤੇ ਉੱਠਦੇ ਨਾਲ ਖਿੜਕੀ 'ਚ ਬਾਹਰ ਵੇਖ ਕੇ ਅਤੇ ਹਾਏ ਹਾਏ ਜਨਾਬ ਬਾਰਿਸ਼ ਪੈਣ ਡਈ ਆ, ਦਿਨ ਨਹੀਂ ਚੰਗਾ, ਉਹ ਪਹਿਲਾਂ ਹੀ ਰੋਣਾ ਧੋਣਾ ਪਾ ਲੈਂਦੇ ਆ। ਫਿਰ ਨਾ ਘਰੋਂ ਨਿਕਲਦੇ ਆ, ਨਾਸ਼ਤਾ ਤਿਆਰ ਬਣਿਆ, ਨਾਸ਼ਤਾ ਨਹੀਂ ਟਾਈਮ ਨਾਲ ਬਣਿਆ, ਟ੍ਰੇਨ ਲੇਟ ਹੋ ਗਈ, ਕੰਮ ਤੋਂ ਲੇਟ ਹੋ ਗਏ, ਕੰਮ 'ਤੇ ਜਨਾਬ ਹੋਰ ਸਿਆਪੇ ਪੈ ਗਏ, ਕੰਮ 'ਤੇ ਅੱਛਾ ਦਿਨ ਨਹੀਂ ਗੁਜ਼ਰਿਆ। ਸੋ ਜਦੋਂ ਦਿਨ ਸ਼ੁਰੂ ਹੀ ਤੁਸੀਂ ਨੈਗੇਟਿਵ ਥਾਟ ਦੇ ਨਾਲ ਕਰਦੇ ਹੋ ਨਾ, ਤਾਂ ਅੱਗੇ ਵੀ ਕੰਮ ਫਿਰ ਸਾਰੇ ਪੁੱਠੇ ਹੀ ਹੁੰਦੇ ਨੇ। ਲਿਹਾਜ਼ਾ ਕੀ ਪੋਜ਼ਿਟਿਵ ਦਿਨ ਚਾਹ ਜਿਹਾ ਵੀ ਆ, ਜਸਟ ਸੇ ਵਿਦ ਵਰਡ ਆਫ ਮਾਊਥ ਕਿ ਜਨਾਬ ਵਾਓ ਕਿੱਡਾ ਸੋਹਣਾ ਦਿਨ ਚੜ੍ਹਿਆ। Job's done. ਅਤੇ ਨਾਓ ਵੀ ਆਰ ਹੈਡਿੰਗ ਬੈਕ ਹੋਮ। ਤੁਸੀਂ ਹੁਣ ਦੱਸੋ ਜਨਾਬ ਕੈਸਾ ਕੰਮ ਕੀਤਾ ਉਹਨਾਂ ਨੇ? ਆਈ ਲਾਈਕ ਡਿਟ। ਇੱਥੇ ਹਰ ਕੰਮ ਵਾਸਤੇ ਅਪੁਆਇੰਟਮੈਂਟ ਬੁੱਕ ਕਰਨੀ ਪੈਂਦੀ ਹੈ, ਈਵਨ ਬਾਰਬਰ ਵਾਸਤੇ ਵੀ, ਲੇਕਿਨ ਆਪਣੀਆਂ ਜਿਹੜੀਆਂ ਸ਼ੋਪਸ ਹੁੰਦੀਆਂ ਨੇ ਨਾ, ਜਿਹੜੇ ਆਪਣੇ ਬੰਦੇ ਨੇ ਉਹ ਕਰ ਦਿੰਦੇ ਨੇ, ਤੁਸੀਂ ਜਸਟ ਵਾਕ ਇਨ ਕਰੋ ਦੇ ਜਸਟ ਡੂ ਇਟ। ਸਾਡੇ ਪੁਰਾਣੇ ਘਰ ਦੇ ਵਿੱਚ ਇੰਟਰਨੈਟ ਦੀ ਸਪੀਡ ਆਉਂਦੀ ਸੀ ਜਦੋਂ ਅਸੀਂ ਛੱਡਿਆ ਸੀ ਉਹਨੂੰ ਅਰਾਊਂਡ 100 ਮੈਗਾਬਿਟਸ। ਉਹ ਬੇਸਿਕਲੀ ਫਾਈਬਰ ਆਪਟਿਕ ਸੀਗਾ, ਇੱਕ ਕੰਪਨੀ ਦਾ ਵਰਜਨ ਬ੍ਰੌਡਬੈਂਡ, ਅਤੇ ਉਹ ਵਰਜਨ ਵਾਲੇ ਦਾ ਨਾ ਆਪਣਾ ਫਾਈਬਰ ਆਪਟਿਕ ਨੈਟਵਰਕ ਆ, ਉਹ BT ਦੀ ਟੈਲੀਫੋਨ ਲਾਈਨ ਨਹੀਂ ਯੂਜ਼ ਕਰਦੇ, ਅਤੇ ਉੱਥੇ 100 ਮੈਗਾਬਿਟਸ ਮੈਂ ਯੂਜ਼ ਕਰਦਾ ਸੀਗਾ। ਫਿਰ ਜਦੋਂ ਅਸੀਂ ਇਸ ਘਰ 'ਚ ਆਏ ਸੀ, ਇੱਥੇ ਵਰਜਨ ਮੀਡੀਆ ਦਾ ਸੈਟਅਪ ਨਹੀਂ ਸੀ ਹੈਗਾ, ਇੱਥੇ ਸਾਨੂੰ BT ਹੀ ਯੂਜ਼ ਕਰਨਾ ਪਿਆ, ਅਤੇ BT ਦੀ ਮੈਕਸੀਮਮ ਸਪੀਡ ਜਿਹੜੀ ਇੱਥੇ ਔਫਰ ਕਰਦੇ ਨੇ ਨਾ BT ਵਾਲੇ ਬ੍ਰੌਡਬੈਂਡ ਦੀ, ਉਹ ਹੈਗੀ ਆ ਅਰਾਊਂਡ 30 ਮੈਗਾਬਿਟਸ। 30 ਔਨ ਐਵਰੇਜ ਨਾ ਕੰਪਿਊਟਰ ਦੇ ਉੱਤੇ ਆਉਂਦੀ ਆ, ਉਹ ਕਲੇਮ ਤਾਂ ਕਰਦੇ ਆ ਅਰਾਊਂਡ ਆਈ ਥਿੰਕ 35 ਜਾਂ 40 ਦੇ ਕਰੀਬ, ਲੇਕਿਨ 30 ਆਉਂਦੀ ਆ। ਸੋ ਮੈਂ ਬੜਾ ਨਾ ਮਤਲਬ ਸੈਡ ਰਹਿੰਦਾ ਸੀਗਾ ਕਿ ਯਾਰ 100 ਤੋਂ ਕਿੱਥੇ 30, ਅਤੇ ਮਜ਼ਾ ਨਹੀਂ ਆਉਂਦਾ। ਹੁਣ ਕੱਲ੍ਹ ਪਰਸੋਂ ਦਾ ਵਾਕਿਆ, ਮੈਂ ਆਪਣੇ ਦੋਸਤ ਆਦਿਲ ਦੇ ਨਾਲ ਨਾ ਵਾਕ 'ਤੇ ਗਿਆ, ਅਤੇ ਉਹ ਮੈਨੂੰ ਦੱਸਿਆ ਸੀਗਾ ਕਿ ਉਹਦਾ ਨਾ ਬ੍ਰੌਡਬੈਂਡ ਦਾ ਕੰਟਰੈਕਟ ਰਿਨਿਊ ਹੋਣ ਵਾਲਾ ਆ, ਅਤੇ ਉਹ ਪ੍ਰਾਈਸਿਸ ਵਗੈਰਾ ਦੇਖ ਰਿਹਾ ਸੀਗਾ, ਅਤੇ ਉਹ ਮੈਨੂੰ ਦੱਸ ਰਿਹਾ ਕਿ ਕਹਿੰਦਾ ਜਿਹੜਾ ਮੇਰੇ ਕੋਲ ਮੌਜੂਦਾ ਹੁਣ ਪ੍ਰਾਈਸ ਹੈ ਨਾ, ਉਹ ਮੈਨੂੰ ਦੱਸਿਆ ਸੀਗਾ ਕਿ ਜਿਹੜੀ ਉਹ ਕੰਟਰੈਕਟ ਉਹਦੇ ਕੋਲ ਹੈਗਾ ਨਾ ਜਿਹਦੀ ਯੂਜ਼ ਕਰ ਰਿਹਾ ਉਹ ਅਰਾਊਂਡ 50 ਮੈਗਾਬਿਟਸ 'ਤੇ ਆ, ਅਤੇ ਉਹ ਮੈਨੂੰ ਦੱਸਣ ਲੱਗ ਪਿਆ ਕਿ ਜਿਹੜਾ ਉਸ ਤੋਂ ਜ਼ਿਆਦਾ ਆ ਉਹ ਹੈਗਾ ਆ 70 ਦਾ, ਜਿਹੜਾ ਉਸ ਤੋਂ ਜ਼ਿਆਦਾ ਆ 150 ਮੈਗਾਬਿਟਸ ਦਾ। ਅਤੇ ਉਹਨਾਂ ਨੇ ਦੱਸਿਆ ਕਹਿੰਦਾ ਮੈਕਸੀਮਮ ਜਿਹੜੀ ਅਵੇਲੇਬਲ ਆ ਮੇਰੇ ਘਰ ਵਾਲੇ ਮੇਰੇ ਏਰੀਆ ਦੇ ਵਿੱਚ ਉਹ ਹੈਗੀ ਆ ਅਰਾਊਂਡ 900 ਮੈਗਾਬਿਟਸ। ਓ ਮਾਈ ਗੋਡ, ਮੈਂ ਤਾਂ ਸੁਣ ਕੇ ਮੇਰੇ ਜਨਾਬ ਇੱਥੇ 60 ਵੱਜੀ। ਮੈਂ ਕਿਹਾ ਯਾਰ ਆ ਬੰਦਾ 4 ਗਲੀਆਂ ਦੂਰ ਰਹਿੰਦਾ ਮੇਰੇ ਘਰ ਤੋਂ, ਅਤੇ ਇਹਨੂੰ ਇੰਨੀ ਜ਼ਿਆਦਾ ਸਪੀਡ ਅਵੇਲੇਬਲ ਹੈ ਇਹਦੇ ਏਰੀਆ ਦੇ ਵਿੱਚ, ਅਤੇ ਮੈਨੂੰ 30 ਮੈਗਾਬਿਟਸ। ਅਤੇ ਉਹ ਮੈਂ ਜਨਾਬ ਕੋਈ ਰਿਸਰਚ ਵਗੈਰਾ ਕੀਤੀ, BT ਵਾਲੇ ਥੋੜ੍ਹੇ ਜਿਹੇ ਸਮੋਸੇ ਪਏ ਨੇ, ਸਮੋਸੇ ਖਾਂਦੇ ਹਾਂ ਨਾਲ ਨਾਲ ਗੱਲਾਂ ਕਰਦੇ ਹਾਂ ਤੁਹਾਡੇ ਨਾਲ। ਤਾਂ ਮੈਂ ਥੋੜ੍ਹੀ ਜਿਹੀ ਰਿਸਰਚ ਕੀਤੀ, ਜਿਹੜਾ ਕੰਪਨੀ ਆ ਨਾ ਜਿਹੜੀ BT ਦਾ ਨੈਟਵਰਕ ਬਣਾਉਂਦੀ ਹੈ ਬ੍ਰਿਟਿਸ਼ ਟੈਲੀਕਾਮ ਦਾ, ਉਹਨੂੰ ਕਹਿੰਦੇ ਓਪਨ ਰੀਚ, ਅਤੇ ਮੈਂ ਉਹਨਾਂ ਦੀ ਵੈਬਸਾਈਟ 'ਤੇ ਗਿਆ, ਉੱਥੇ ਰਿਸਰਚ ਵਗੈਰਾ ਕੀਤੀ ਥੋੜ੍ਹੀ ਜਿਹੀ। ਬੇਸਿਕਲੀ ਨਾ ਇੱਥੇ BT ਵਾਲੇ 3 ਕਿਸਮ ਦਾ ਇੰਟਰਨੈਟ ਦਿੰਦੇ ਨੇ। ਇੱਕ ਤਾਂ ਹੈਗਾ ਆ ਜਿਹੜਾ ਕਿ ਨੋਰਮਲ ਬ੍ਰੌਡਬੈਂਡ ਹੁੰਦਾ ਆ, ਬਹੁਤ ਹੀ ਉਹਦੀ
बेसिक जी स्पीड होंगी है 5 मेगाबिट्स 6 मेगाबिट्स 5 to 10 मेगाबिट्स मेरे ख्याल क्लेम करते हैं। एक होंगी है उन्होंने कहते हैं FTTC फाइबर ऑप्टिक टू कैबिनेट। तो बेसिकली एक्सचेंज तो लैके ना BT की एक्सचेंज तो लैके जोड़े वो टैलीफोन वाले कैबिनेट होंगे ने मेन रोडों के उत्ते जिन्हों के कनैक्शन निकल के घर के आते हैं उत्थे तक वह फाइबर ऑप्टिक हों लेकिन उस तो अगे फिर कॉपर की वायर तो थोड़े घर तक ब्रॉडबैंड हों। तो तीसरी वाले जी होंगी है FTTP फाइबर टू प्रेमिसिस। बेसिकली BT की एक्सचेंज तो लैके थोड़े घर तक फाइबर होएगा BT का नैटवर्क का तो वह वाला जोड़ा कनैक्शन है ना वो थोड़ा 900 मेगाबिट्स तक देंगे। तो पता चलिया जी कि ओपन रीच वाले ना उस नैटवर्क न बिछा रहे हैं एज वी स्पीक इन द UK। चलो जी गल करते करते बैटरी मुक गई सी। तो मैं कह रहा है कि एडा वड्डा जो प्रोजेक्ट कर रहा हों ना कोई भी कंपनी कर रही होंगी है तो ओबियसली उन्होंने स्टेजस दे विच करना हों उन्होंने पूरे UK दे विच नहीं ब्रॉडबैंड एक बार रोल आउट कर देना। तो इसलिए मैं अंडरस्टैंड कर सकता हाँ कि आदल का घर कवर हो गया होया मेरा हो जाएगा। तो उन्होंने जी ड्यूरेशन लिखी हुई है ना ड्यूरेशन बड़ी बड़ी लंबी चौड़ी है यकीन करो उन्होंने लिखा है कि 2022 तो लैके आई थिंक 2025 तक ना मेरा एरिया कवर होएगा। हूँ अगर तुम देखा जाए ना उस ओपन रीच के नैटवर्क के उत्ते जो उन्होंने मैप वैबसाइट पर बनाया हुआ आदल का घर और मेरा घर इको एरिया आता है तो उस एरिया उन्होंने लिखा हुआ कि ये ना असी FTTP कर देवे अवेलेबल फ्रॉम 2021 तो लैके 2025 तक बट आदल के घर ऑलरेडी हैगा मेरे घर नहीं हैगा। हार्ट ब्रोकन। चलो जी मैं तो हम बह के समोसे खाने लगे तो भी जड़ी जी शह लभदी है जितों इतों वैल नट जितों इतों जी शह अवेलेबल है उन्होंने खाओ इंजॉय करा। अज के ब्लॉग में इतनी समाप्त करते हैं अपना बहुत सारा ख्याल रखियो थोड़े मुलाकात होगी अगली वीडियो उदों तक अल्लाह हाफिज़।